ਲਓ ਵੀ ਕਿਸਾਨ ਭਰਾਵੋ, ਅੱਜ ਆਪਾਂ ਖੜੇ ਹਾਂ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਖੜੇ ਹਾਂ ਜੀ। ਇੱਕੋ ਘਰੇ ਜ਼ਿਮੀਂਦਾਰ ਘਰੇ ਆ ਜੀ, ਦੋ ਟਰੈਕਟਰ ਆ, ਇੱਕੋ 15-13 ਹਲਾਂ ਦਾ ਸੈੱਟ, ਦੋਵੇਂ ਟਰੈਕਟਰ ਅਤੇ ਇੱਕ ਰੂਟਾਵੇਟਰ ਵਿਕਾਊ ਆ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਉ ਜੀ। ਪਹਿਲਾ ਟਰੈਕਟਰ ਵਿਖਾਈਏ ਤੁਹਾਨੂੰ, ਹੈਗਾ ਜੌਂਡੀਅਰ 5310 ਟਰੈਕਟਰ ਆ ਜੀ, ਇਹ 2016 ਮਾਡਲ ਆ। ਅਤੇ ਇਸ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ, A to Z ਬਿਲਕੁਲ ਓਰੀਜਨਲ ਟਰੈਕਟਰ ਆ, ਅਤੇ ਟਾਇਰ ਇਸ ਟਰੈਕਟਰ ਦੇ ਚਾਰੇ ਦੇ ਚਾਰੇ MRF ਕੰਪਨੀ ਦੇ ਟਾਇਰ ਆ ਜੀ। MRF ਕੰਪਨੀ ਦੇ ਟਾਇਰ ਆ, ਮੂਹਰਲੇ ਟਾਇਰ ਹੈਗੇ ਆ ਜੀ, 80% ਟਾਇਰ ਆ, ਮਗਰਲੇ ਵੀ ਇੰਨੇ ਹੀ ਆ, ਚਾਰੇ ਇੱਕੋ ਜਿੱਕੇ ਟਾਇਰ ਆ। ਬਾਕੀ ਕਿਤੋਂ ਤੋੜਿਆ ਭੰਨਿਆ ਨਹੀਂ, ਕਿਤੋਂ ਤੋੜਿਆ ਭੰਨਿਆ ਟਰੈਕਟਰ ਨਹੀਂ, ਇਕੱਲੀ ਸਵਾਈ 'ਤੇ ਚੱਲਿਆ ਇਹ ਟਰੈਕਟਰ। ਅਤੇ ਇਸ ਟਰੈਕਟਰ ਦੀ ਹੈਗੀ ਆ ਜੀ, ਗੱਲ ਕਰੀਏ 2016 ਮਾਡਲ ਦੀ, ਤਾਂ ਡਿਮਾਂਡ ਵੀ ਤੁਹਾਨੂੰ ਦੱਸ ਦਈਏ, ਇਸ ਟਰੈਕਟਰ ਦੀ 5,85,000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ 16 ਮਾਡਲ ਦੀ। ਬਾਕੀ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਕਹਿ ਸਕਦੇ ਹਾਂ ਮਾਡਲ ਦੇ ਹਿਸਾਬ ਨਾਲ, ਅਤੇ A to Z ਸਾਰਾ ਰੀਜਨਲ ਆ, ਕੋਈ ਸ਼ੀਸ਼ੇ ਸ਼ੂਸ਼ੇ ਆਹ ਪੈਰਦਾਂ ਨਾਲ, A to Z ਨਾਲ ਦੇ ਆ, ਕੋਈ ਟੁੱਟੇ ਨਹੀਂ ਗੇ ਇਹ। ਅਤੇ ਬਾਕੀ ਜਿਵੇਂ ਟਰੈਕਟਰ ਖੜ੍ਹਾ ਤੁਹਾਡੇ ਸਾਹਮਣੇ ਉਵੇਂ ਹੀ ਤੁਹਾਨੂੰ ਇਹ ਮਿਲ ਜਾਣਾ। ਅਤੇ ਦੋਵਾਂ ਟਰੈਕਟਰਾਂ ਦੇ ਵਿੱਚੋਂ ਇੱਕ ਟਰੈਕਟਰ ਹੀ ਵੇਚਣਾ, ਦੋਵਾਂ ਦੇ ਵਿੱਚੋਂ ਇੱਕ ਟਰੈਕਟਰ ਹੀ ਵੇਚਣਾ, ਜਿਹੜਾ ਟਰੈਕਟਰ ਪਹਿਲਾਂ ਵਿਕ ਗਿਆ ਉਹ ਵੇਚ ਲੈਣਾ, ਅਤੇ ਦੂਜਾ ਬਾਈ ਨੇ ਘਰੇ ਰੱਖਣਾ। ਅਤੇ ਅੱਗੇ ਹੈਗਾ ਜੀ ਸੋਨਾਲੀਕਾ, ਆਹ ਟਰੈਕਟਰ ਜੌਂਡੀਅਰ ਬਾਈ ਦੇ ਨਾਮ ਵੀ ਆ, ਇਸੇ ਘਰੇ ਨਾਮ ਆ, ਤੁਹਾਨੂੰ ਕਾਗਜ਼ ਪੱਤਰ ਫੁੱਲ ਮਿਲਣਗੇ, ਤੁਸੀਂ ਆਪਦੇ ਨਾਮ ਵਗੈਰਾ ਕਰਾਉਣਾ ਤਾਂ ਤੁਹਾਡੇ ਨਾਮ ਵੀ ਭੱਜ ਕੇ ਸੌਖਾ ਹੋ ਜੂਗਾ। ਅਤੇ ਬਾਕੀ ਜੋ ਸਮਾਨ ਹੁੰਦਾ, ਡੰਡਾ, ਫੱਟੀ, ਛਤਰੀ, ਉਹ ਸਮਾਨ ਤੁਹਾਨੂੰ ਨਾਲ ਮਿਲ ਜੂਗਾ। ਅਤੇ ਬਾਕੀ ਇਸ ਟਰੈਕਟਰ ਦੇ ਆਪਾਂ ਹੁਣ ਗੱਲ ਕਰੀਏ ਸੋਨਾਲੀਕਾ ਦੀ, ਤਾਂ ਸੋਨਾਲੀਕਾ ਹੈਗਾ ਜੀ 2015 ਮਾਡਲ, 15 ਮਾਡਲ ਟਰੈਕਟਰ ਆ ਜੀ ਇਹ। ਅਤੇ ਬਾਕੀ DI RX 6 'ਚ ਟਰੈਕਟਰ ਆ, ਅਤੇ ਇਸ ਟਰੈਕਟਰ ਦੇ ਮੂਹਰਲੇ ਟਾਇਰ ਹੈਗੇ ਆ ਗੁਡੀਅਰ ਕੰਪਨੀ ਦੇ, 7,50 ਦੇ ਟਾਇਰ ਆ, ਪਾਵਰ ਸਟੇਅਰਿੰਗ ਆ। ਬਾਕੀ ਸਮਗਰਲੇ ਟਾਇਰ 16 ਦੇ ਟਾਇਰ ਆ, JK ਕੰਪਨੀ ਦੇ ਟਾਇਰ ਆ ਜੀ, JK ਕੰਪਨੀ ਦੇ, ਘੱਟੋ ਘੱਟ 90% ਟਾਇਰ ਆ, ਫੈਬਰ ਵਾਲੀ ਛਤਰੀ ਲੱਗੀ ਆ ਇਸ ਟਰੈਕਟਰ ਦੇ, ਅਤੇ ਡੈੱਕ ਵਗੈਰਾ ਲੱਗਿਆ। ਇਸ ਟਰੈਕਟਰ ਦਾ ਵੀ ਐਂ ਤੁਹਾਨੂੰ ਜਿਵੇਂ ਖੜ੍ਹਾ ਉਵੇਂ ਦਾ ਉਵੇਂ ਹੀ ਸਾਰੇ ਸਮਾਨ ਦੇ ਸਮੇਤ ਹੀ ਮਿਲਣਾ। ਅਤੇ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 4,70,000 ਰੁਪਈਏ ਡਿਮਾਂਡ ਆ ਇਸ ਟਰੈਕਟਰ ਦੀ, 4,70,000 ਰੁਪਈਏ ਡਿਮਾਂਡ ਆ। ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਮੌਕੇ 'ਤੇ ਮਾੜਾ ਮੋਟਾ ਜ਼ਰੂਰ ਮਾਨਤਨ ਕੀਤਾ ਜਾਊਗਾ। ਬਾਕੀ ਰੇਟਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਗਾ, ਕੋਈ ਵਪਾਰ ਲੈਣ ਵਾਲਾ ਰੇਟ ਨਹੀਂ ਗਾ ਕਿ ਕੋਈ ਕਹਿ ਦੂਗਾ ਕਿ 50,000 ਦਾ ਵੱਟਾ ਜਾਂ 20,000 ਦਾ ਵੱਟਾ ਹੋਊਗਾ। ਮਾੜਾ ਮੋਟਾ ਮੌਕੇ 'ਤੇ ਜ਼ਰੂਰ ਮਾਨਤਨ ਕੀਤਾ ਜਾਊਗਾ। ਅਤੇ ਮਾਲਕ ਦਾ ਜੋ ਮੋਬਾਈਲ ਨੰਬਰ ਆ ਉੱਪਰ ਡਿਸਕ੍ਰਿਪਸ਼ਨ ਵਿੱਚ ਲਿਖਿਆ ਆ ਰਿਹਾ, ਉੱਥੋਂ ਤੁਸੀਂ ਨੋਟ ਕਰਕੇ ਆ, ਜੌਂਡੀਅਰ 5310 ਸੋਨਾਲੀਕਾ 60, ਇਹ ਟਰੈਕਟਰ ਦੋਵਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹਾਂ। ਅਤੇ ਅੱਗੇ ਤੁਹਾਨੂੰ ਵਿਖਾ ਦਈਏ, ਇਸੇ ਘਰੇ ਹੈਗੇ ਆ ਜੀ ਹਲ, 13 ਹਲ ਆ, ਤਲਵੰਡੀ ਭਾਈ ਦੇ ਬਣੇ ਹੋਏ ਹਲ ਆ ਜੀ ਇਹ, ਬਿਲਕੁਲ ਇੱਕ ਪਾਸਾ ਫਾਲਿਆਂ ਦਾ ਬਿਲਕੁਲ ਨਵਾਂ, ਦੂਜੇ ਪਾਸਾ ਹੈਗਾ ਜੀ ਅੱਧੇ ਫਾਲੇ ਆ। ਅਤੇ ਬਾਕੀ ਨਵੇਂ ਡਿਜ਼ਾਇਨ ਦੇ ਆ, ਕਿਤੋਂ ਵੈਲਡਿੰਗ ਵਗੈਰਾ ਨਹੀਂ ਗੇ। ਅਤੇ 2023 ਮਾਡਲ ਆ, ਇੱਕ ਸਾਲ ਹੀ ਚੱਲੇ ਆ 23 ਮਾਡਲ। ਇਹਨਾਂ ਹਲਾਂ ਦੀ ਡਿਮਾਂਡ ਹੈਗੀ ਆ ਜੀ 37,000 ਰੁਪਈਆ ਡਿਮਾਂਡ ਆ, ਇਹਨਾਂ ਹਲਾਂ ਦੀ 37,000 ਰੁਪਈਆ ਡਿਮਾਂਡ ਆ ਤਲਵੰਡੀ ਭਾਈ ਦੇ ਰਵਿੰਦਰਾ ਦੇ ਬਣੇ ਵੇ ਇਹ। ਅਤੇ ਅੱਗੇ ਤੁਹਾਨੂੰ ਵਿਖਾ ਦਈਏ ਰੂਟਾਵੇਟਰ, 8 ਫੁੱਟਾ ਰੂਟਾਵੇਟਰ ਆ ਜੀ, ਵੀਡੀਓ ਨੂੰ ਸ਼ੇਅਰ ਕਰ ਦਿਉ। ਬਾਕੀ ਏਰੀਆ ਇੱਕ ਵਾਰੀ ਫਿਰ ਦੱਸ ਦਈਏ ਜੀ, ਏਰੀਆ ਹੈਗਾ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਉੱਥੇ ਆ ਕੇ ਤੁਸੀਂ ਇਹਨਾਂ ਸਾਰੇ ਸੰਦਾਂ ਦੇ ਵਿੱਚੋਂ ਕੋਈ ਵੀ ਸੰਦ ਖਰੀਦ ਸਕਦੇ ਆ ਜੀ, ਰੂਟਾਵੇਟਰ ਹਲ ਤਾਂ ਜਾਂ ਸੋਨਾਲੀਕਾ ਟਰੈਕਟਰ, ਜਿਹੜੇ ਕਿਸੇ ਕਿਸਾਨ ਭਰਾ ਨੂੰ ਲੋੜ ਆ, ਜ਼ਿਮੀਂਦਾਰ ਘਰੋਂ ਖਰੀਦ ਸਕਦੇ ਹਾਂ। ਬਾਕੀ ਤੁਹਾਨੂੰ ਵਿਖਾਈਏ 8 ਫੁੱਟਾ ਰੂਟਾਵੇਟਰ ਆ ਜੀ, ਬਿਲਕੁਲ ਸਾਫ਼ ਕੰਡੀਸ਼ਨ ਦਾ, ਇਕੱਲਾ ਬਾਈ ਘਰ ਦੀ ਬਾਈ ਕਰਦਾ, ਕੋਈ ਕਿਰਾਏ ਦਾ ਕੰਮ ਨਹੀਂ ਗਾ। ਅਤੇ ਰੂਟਾਵੇਟਰ ਕਿਹੜੀ ਕੰਪਨੀ ਦਾ ਜੀ ਦੱਸ ਦਿਓ, ਸ਼ਕਤੀਮਾਨ ਦਾ 8 ਫੁੱਟਾ ਰੂਟਾਵੇਟਰ ਆ। ਅਤੇ ਛੁਰੀਆਂ ਦੀ ਗੱਲ ਕਰੀਏ, ਨਾਲ ਦੀਆਂ ਛੁਰੀਆਂ 2000 ਕਿਹੜਾ ਮਾਡਲ ਆ ਜੀ ਇਹ, ਠੀਕ ਆ, ਯਾਨੀ ਕਿ 21 ਮਾਡਲ ਹੀ ਆ, 21 ਮਾਡਲ ਦੇ ਛੁਰੀਆਂ ਨਾਲ ਦੀਆਂ 65-70 ਰੁਪਏ ਛੁਰੀਆਂ ਜੀ ਇਹਦੀਆਂ। ਇਸ ਰੂਟਾਵੀਟਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਹੈਗੀ ਆ ਜੀ 85,000 ਰੁਪਈਆ।
ਬਾਕੀ ਮੌਕੇ ਤੇ ਮਾਨ ਤਾਨ ਥੋੜਾ ਬਹੁਤਾ ਹੋ ਜਾਊਗਾ। ਤੁਸੀਂ ਆ ਕੇ ਕੋਈ ਵੀ ਸੰਦ ਚਲਾ ਕੇ ਚੈੱਕ ਕਰਕੇ ਇੱਥੋਂ ਖਰੀਦ ਸਕਦੇ ਆ, ਤੇ ਇਹਦੇ ਨਾਲ ਉਹ ਦੱਸ ਦੋ ਤਵੀਆਂ ਦੋਵੇਂ ਮਿਲਣਗੀਆਂ, ਇੱਕ ਤਵੀ ਆ ਠੀਕ ਆ, ਇੱਕ ਪਾਸੇ ਵਾਲੀ ਤਵੀ ਮਿਲੂਗੀ। ਤੇ ਬਾਕੀ ਜਿਵੇਂ ਤੁਸੀਂ ਦੇਖ ਰਹੇ ਆ ਐਂ ਦਾ ਐਂ ਰੰਗ ਪੇਂਟ ਬਿਲਕੁਲ ਰੀਜਨਲ ਆ, ਕਿਤੋਂ ਟੱਚਿੰਗ ਵਚਿੰਗ ਨਹੀਂ ਵਿੰਗਾ ਨਹੀਂ ਕਿਤੋਂ ਵੀ। ਤੇ ਬਾਕੀ ਅੱਗੇ ਤੁਹਾਨੂੰ ਫਿਰ ਉੱਧਰ ਇੱਕ ਵਾਰੀ ਜਾਣਕਾਰੀ ਦੇ ਦਈਏ ਦੁਬਾਰਾ, ਤਾਂ ਟਰੈਕਟਰ ਸੀਗੇ ਸੋਨਾਲੀਕਾ 60 ਸੋਨਾਲੀਕਾ ਜੌਂਡੀਅਰ, ਇਹਨਾਂ ਵਿੱਚੋਂ ਤੁਸੀਂ ਕੋਈ ਵੀ ਟਰੈਕਟਰ ਖਰੀਦ ਸਕਦੇ ਆ। ਅਤੇ ਬਾਕੀ ਜਿਹੜਾ ਸੀਗਾ ਜੀ ਮੋਬਾਈਲ ਨੰਬਰ 9416 ਵਾਲਾ ਉੱਪਰ ਡਿਸਕ੍ਰਿਪਸ਼ਨ ਵਿੱਚ ਲਿਖਿਆ ਆ ਰਿਹਾ, ਉੱਥੋਂ ਤੁਸੀਂ ਨੋਟ ਕਰਕੇ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਆ ਕੇ ਤੁਸੀਂ ਆਹ ਦੋ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ, ਇਹਨਾਂ ਦੋਵਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਦੇ 13 ਹਲ, ਕਈ ਕਿਸਾਨ ਭਰਾ ਲੱਭਦੇ ਫਿਰਦੇ ਆ, 13 ਹਲ ਚੰਗੇ ਨਹੀਂ ਮਿਲਦੇ, ਇੱਕ ਸਾਲ ਚੱਲੇ ਹਲ ਆ, ਇਹ ਤੁਸੀਂ ਖਰੀਦ ਸਕਦੇ ਆ ਜੀ। ਰੇਟ ਤੁਹਾਨੂੰ ਫੇਰ ਦੱਸ ਦਈਏ, ਇਹਦਾ ਸੀਗਾ 4,70,000 ਰੁਪਈਆ ਡਿਮਾਂਡ। ਸੋਨਾਲੀਕਾ ਦੀ ਵੱਡਾ ਡੈੱਕ ਲੱਗਾ, ਫਾਈਬਰ ਵਾਲੀ ਛੱਤਰੀ ਲੱਗੀ ਆ, ਟਾਇਰ ਚੰਗੇ ਆ, RX 6 ਵਾਲਾ 60 ਵਾਲਾ ਸੋਨਾਲੀਕਾ ਜੀ, ਇਹ ਟਰੈਕਟਰ ਖਰੀਦ ਸਕਦੇ ਹਾਂ। ਜਾਂ ਜੌਂਡੀਅਰ ਖਰੀਦ ਸਕਦੇ ਹਾਂ ਜੀ, ਜੌਂਡੀਅਰ ਟਰੈਕਟਰ 5310 ਮੁਕਤਸਰ ਦਾ ਨੰਬਰ PB30 ਅਤੇ ਖੜ੍ਹੇ ਵੀ ਮੁਕਤਸਰ ਏਰੀਏ 'ਚ ਹੀ ਆ, ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹਾਂ ਜੀ 5,85,000 ਦਾ 2016 ਮਾਡਲ। ਅਤੇ ਬਾਕੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਵਗੈਰਾ ਕਰਵਾਉਣੀ ਆ, ਤਾਂ 6395-9480 'ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਹਾਂ ਜੀ ਜੇਕਰ। ਬਾਕੀ ਮਿਲਦੇ ਹਾਂ ਜੀ ਆਪਾਂ ਹੁਣ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਧੰਨਵਾਦ।